करता कैमरा ऑन ते ट्रैक्टर दी सप्लाई भी कर। हाँ जी अजकल जी सारे नूं ते लो जी स्वागत है नवे ब्लॉग दे विच। ते कल आला एंगल जिहड़ा कैमरे दा उहदे ते आपां अज करांगे थोड़ा सुधार। ठीक है सेम इस रोड नूं ही ना थोड़ा अड एंगल ते ला के वेहने आ ते उस तो इलावा कैमरा इत्थे सेंटर च भी रख के वेखांगे अज। ठीक है इहदे वास्ते भी एक फ्रेम मैं तैयार करदा इत्थे निक्का जिहा रखण वास्ते ते इत्थे कैमरा लावांगे आपां ते फिर टेस्टिंग करके वेखांगे। ते उस तो इलावा आ ट्रैक्टर ते भी कम स्टार्ट कर देण अगे कंटिन्यू कैमरा वगैरह मैं सैट करांगा हुणे को रोक के एक बार हुण मैं रोटी रोटी खा ला। ठीक है वेले हो गए फिर आउने अपने सैटअप च वापस ते इहदे ते करदे आ काम आपां। ठीक है इहदे ते ते लो भी फिलहाल आपां सौणा पहला इस ट्रैक्टर ते कम स्टार्ट करता है क्योंकि इहदे कुछ पार्ट आपां नूं प्रिंट करने पैणगे प्रिंटर च ते मैनूं इह सी पहलां इहदे ते कम स्टार्ट कर लैणे आ जिहड़े जिहड़े पार्ट आपां नूं चाहीदे आ उह प्रिंट करने ला दांगे आपां प्रिंटर ते ते उदों बाद फिर इहदे ते कम करांगे। ते लो भी ट्रैक्टर दे पार्ट करके डिजाइन आपां प्रिंटर नूं ला दा उहदे कम ते ते लगभग इहनूं प्रिंट करन च टाइम लगूगा 3 घंटे दोवें पार्ट। एक पार्ट 2 घंटे च प्रिंट होना है एक छोटा पार्ट है वह 1 घंटा लगेगा। ठीक है कल वाले ब्लॉग ते कई वार कमेंट आउंदा सीगे आ गेयर नूं लैके आ जिहड़ा आपां कल गेयर लैके आए सीगे आ जिहड़ा भी इह कित्थों मिलदा इहदा की प्राइस है। ठीक है वैसे तो मैं पुराने ब्लॉगां च दसदा ही रहिंदा वां कल मैं गया सी पर मैं शूट नहीं कीता भी जदों इहनूं खरीदिया ही क्योंकि पिछले ब्लॉगां च मैं जदों भी इहनूं बाय कीता गेयर नूं मैं दुकान भी विखाई प्रोपर। ठीक है प्राइस वगैरह भी सारा कुछ दस्सिया होया ते फिर मैं तुहानूं दस देना कि आह गेयर यूज़ हुंदे ने अपने ग्रैंडर च। ठीक है आ रिहा ग्रैंडर। ठीक है इहदे विच सेम आह गेयर यूज़ हुंदा ते तुसीं उस शॉप तों जा के लै सकदे हो। ठीक है लगभग 130 to 150 ਦੇ ਵਿੱਚ ਵਿੱਚ ਮਿਲ ਜੂਗਾ ਤੁਹਾਨੂੰ ਕਿਸੇ ਟਾਈਮ 'ਚ 70-80 ਦਾ ਵੀ ਮਿਲਦਾ ਸੀਗਾ ਪਰ ਅੱਜ ਮੌਕੇ 'ਤੇ ਸਾਡੇ ਏਰੀਏ 'ਚ ਇਹਦਾ ਰੇਟ 120-130 ਚੱਲਣ ਦਿਆ। ਠੀਕ ਹੈ ਦੋਵੇਂ ਗੇਅਰ ਇਕੱਠੇ ਲੈਣੇ ਪੈਣਗੇ ਸਿੰਗਲ ਨਹੀਂ ਦਿੱਤਾ ਉਹਨੇ ਕਿਉਂਕਿ ਸੈੱਟ ਹੀ ਹੁੰਦਾ। ਠੀਕ ਹੈ ਸੈੱਟ ਹੀ ਲੈਣਾ ਪੈਂਦਾ ਫਿਰ ਆਪਾਂ ਨੂੰ ਅਤੇ ਇਹ ਚੀਜ਼ ਅਤੇ ਇਹ ਗੇਅਰ ਮੈਂ ਉੱਥੋਂ ਬਾਏ ਕੀਤੇ ਨੇ ਪ੍ਰਾਈਜ਼ ਤੁਹਾਨੂੰ ਮੈਂ ਦੱਸਤਾ ਅਤੇ ਉਸ ਤੋਂ ਇਲਾਵਾ ਆਹ ਜਿਹੜੇ ਗੇਅਰ ਨੇ ਆਹ ਜਿਹੜੇ ਠੀਕ ਹੈ ਇਹ ਸਾਰੇ ਗੇਅਰ ਯੂਜ਼ ਹੁੰਦੇ ਨੇ ਆਪਣੀ ਡਰਿੱਲ ਮਸ਼ੀਨ 'ਚ। ਠੀਕ ਹੈ ਵੱਡੀ ਡਰਿੱਲ ਮਸ਼ੀਨ ਹੁੰਦੀ ਹੈ ਕਿੱਥੇ ਆ ਉਹ ਪਈ। ਠੀਕ ਹੈ ਉਹ ਡਰਿੱਲ ਦੇ ਵਿੱਚ ਇੱਦਾਂ ਦੇ ਗੇਅਰ ਯੂਜ਼ ਹੁੰਦੇ ਨੇ ਇੱਕ ਆਹ ਗੇਅਰ ਲੱਗਾ ਹੋਇਆ ਵੇਖੋ ਵੱਡੇ ਸਾਈਜ਼ 'ਚ ਹੋਰ ਵੀ ਤੁਹਾਨੂੰ ਕਾਫੀ ਗੇਅਰ ਉੱਥੇ ਮਿਲ ਜਾਣਗੇ ਤੁਸੀਂ ਉੱਥੋਂ ਪਤਾ ਕਰ ਲਿਓ। ਠੀਕ ਹੈ ਅਤੇ ਆਹ ਚੈਣਾਂ ਵਗੈਰਾ ਨੇ ਇਹ ਤੁਹਾਨੂੰ ਬਾਈਕ ਵਾਲੀ ਸ਼ੋਪ ਤੋਂ ਮਿਲ ਜਾਣਗੀਆਂ ਪੁਰਾਣੀਆਂ ਵੀ ਮਿਲ ਜਾਣਗੀਆਂ ਨਵੀਆਂ ਵੀ ਮਿਲ ਜਾਣਗੀਆਂ ਗੇਅਰ ਵਗੈਰਾ ਸਾਰਾ ਕੁਝ ਉੱਥੋਂ ਮਿਲੂਗਾ। ਠੀਕ ਹੈ ਆਹ ਟਾਈਮਿੰਗ ਚੈਨ ਹੁੰਦੀ ਹੈ ਉਹਦਾ ਗੇਅਰ ਹੈ ਅਤੇ ਕੱਲ੍ਹ ਵਾਲੇ ਵਲੋਗ 'ਚ ਮੈਂ ਕਮੈਂਟ ਪੜ੍ਹੇ ਸੀ ਕਾਫੀ ਬੰਦਿਆਂ ਦੇ ਇਹ ਕਮੈਂਟ ਸੀਗੇ ਗੇਅਰ ਕਿੱਥੋਂ ਮਿਲਦੇ ਆ ਪ੍ਰਾਈਜ਼ ਵਗੈਰਾ ਕੀ ਹੈ। ਠੀਕ ਹੈ ਉਸ ਤੋਂ ਇਲਾਵਾ ਬਾਹਰ ਗੋਪੀ ਲੱਗਾ ਹੋਇਆ ਆਪਦੇ ਕੰਮ 'ਤੇ ਸੈਟਅਪ ਕਰਨ ਦਿਆ ਮੈਂ ਕਿਹਾ ਚੱਲ ਮਿੱਟੀ ਤਾਂ ਗਿੱਲੀ ਹੋਈ ਹੈ ਹਜੇ ਪਰ ਜਿੰਨਾ ਕੁ ਕੰਮ ਤੇਰੇ ਤੋਂ ਹੁੰਦਾ ਤੂੰ ਸਟਾਰਟ ਕਰ ਦੇ ਅਤੇ ਕਿੱਲਾ ਕੁੱਲਾ ਚੱਕਣ ਦਿਆ ਟਿੱਬਾ ਟੁੱਬਾ ਜੱਪਣ ਦਿਆ ਮਿੱਟੀ ਇਹ ਇੱਧਰਲੀ ਸਾਈਡ ਵਾਲੀ ਜਿਹੜੀ ਜੰਮੀ ਜੰਮੀ ਇਹ ਤਾਂ ਰਹਿਣ ਦੀ ਥੱਲੜੀ ਮਿੱਟੀ ਵੇਖ ਲਾ ਇਹ ਸਾਰੀ ਚੱਕ ਹੀ ਦੇ ਕਿਉਂਕਿ ਮਿੱਟੀ ਸੁੱਕਣ ਤੋਂ ਬਾਅਦ ਬਰੀਕ ਕਰਕੇ ਇੱਥੇ ਦੁਬਾਰੇ ਮਿੱਟੀ ਪਾ ਕੇ ਸਾਰਾ ਸੈਟਅਪ ਦੁਬਾਰੇ ਤਿਆਰ ਕਰਨਾ ਪਊਗਾ। ਚਲੋ ਵੀ ਇੱਧਰ ਕਰਨ ਦਿਆ ਜ਼ੋਰਾਂ ਸ਼ੋਰਾਂ 'ਤੇ ਕੰਮ ਚੱਲ ਵਧੀਆ ਇੱਥੇ ਟਿੱਬਾ ਬਣਾ ਦੇ ਯਾਰ ਕੋਈ ਨਾ ਨਵੀਂ ਵੀਡੀਓ ਸ਼ੂਟ ਕਰਦੇ ਹਾਂ ਇੰਟਰਸਟਿੰਗ ਜੀ ਜਾਂ 9-11 ਨਾਲ ਆਫ ਰੋਡਿੰਗ ਕਰਦੇ ਹਾਂ ਮਿੱਟੀ ਹੋਰ ਪਾ ਦਾਂਗੇ ਆਪਾਂ ਆਹ ਯਾਰ ਟਿੱਬਾ ਇੱਥੋਂ ਚੱਕੀਏ ਇੱਥੇ ਜ਼ਿਆਦਾ ਮਿੱਟੀ ਹੈ ਟੋਜਨ ਵਾਲਾ ਟਰੈਕ ਛੱਡ ਕੇ ਨਾ ਹੈ ਟਰੈਕ ਕਿਤੇ ਹੋਰ ਬਣਾਉਂਦੇ ਹਾਂ ਫਿਰ ਨਹੀਂ ਯਾਰ ਟਰੈਕ ਇੱਥੇ ਮੇਰੇ ਹਿਸਾਬ ਨਾਲ ਸਹੀ ਹੈ ਸਾਈਡਾਂ ਤੋਂ ਫਿਰ ਚੱਕ ਦਾਂਗੇ ਮਿੱਟੀ ਮੁੱਟੀ ਇੱਥੋਂ ਚੱਕਦੀ ਨਾ ਇੰਨੀ ਨਟ ਲੈ ਨਹੀਂ ਚੱਕਿਆ ਵੇ ਨਾ ਟਾਈਮ ਹੀ ਸੁੱਟ ਛੱਡ ਦੇ ਕਿਤੇ ਵੀ ਚੱਲ ਜਾਏਗਾ ਕਿ ਮੈਂ ਜਾਵਾਂ ਹੈ ਚਲੋ ਵੀ ਮੈਨੂੰ ਜਾਣਾ ਪੈਣਾ ਝੋਨੇ ਨੂੰ ਪਾਣੀ ਲਾਇਆ ਹੋਇਆ ਅਤੇ ਉੱਤੋਂ ਬੱਦਲ ਬਣਿਆ ਹੋਇਆ ਜ਼ਿਆਦਾ ਪਾਣੀ ਪਾਉਣਾ ਨੀਗਾ ਹੁਣ ਆ ਕਹਿੰਦੇ ਜਿਵੇਂ ਥੋੜ੍ਹਾ ਥੋੜ੍ਹਾ ਪਾਣੀ ਪੈ ਗਿਆ ਹੁਣ ਪਰਲਿਆਂ 'ਚ ਛੱਡ ਦਿੰਦੇ ਹਾਂ ਉੱਧਰੋਂ ਮੀਂਹ ਆ ਜੇ ਉੱਧਰੋਂ ਝੋਨਾ ਫੁੱਲ ਹੋਵੇ ਬਾਅਦ 'ਚ ਫਿਰ ਕਈਆਂ ਲੈ ਕੇ ਵੱਟਾਂ 'ਤੇ ਭੱਜਦੇ ਫਿਰੀ ਅਤੇ ਅੱਛਾ ਬਾਰੀ ਨਹੀਂ ਬੰਦ ਕਰਨੀ ਉਹਨੇ ਵੀ ਆਉਣਾ ਅੰਦਰ ਚਲੋ ਚਲੇ ਚਲੋ ਚੱਲਦੇ ਹਾਂ ਆਪਾਂ ਕਈ ਤਾਂ ਨਾਲ ਲੈ ਕੇ ਨਹੀਂ ਜਾਣੀ ਕਿਉਂਕਿ ਨਾਟ ਹੀ ਖੋਲ ਲੈਣੇ ਬਸ ਇੱਧਰੋਂ ਟੱਕਣ ਖੋਲ੍ਹ ਕੇ ਦੂਜੇ ਪਾਸੇ ਫਿੱਟ ਕਰ ਦੇਣਾ ਇੰਨਾ ਹੀ ਕੰਮ ਹੈ ਬੱਦਲ ਹੈਗਾ ਥੋੜ੍ਹਾ ਥੋੜ੍ਹਾ ਵੇਖੋ ਹੁਣ ਮੀਂਹ ਕਦੋਂ ਆਉਂਦਾ ਪਹਿਲੀ ਕਲਿੱਪ ਆਪਾਂ ਇੱਥੇ ਸ਼ੂਟ ਕਰਨੀ ਆਫ ਰੋਡਿੰਗ ਦੀ ਇੱਥੋਂ ਟਰੈਕਟਰ ਖੜਾਂਗੇ ਠੀਕ ਹੈ ਕਿਉਂਕਿ ਆਹ ਵੀ ਕਾਫੀ ਉੱਚਾ ਨਹੀਂ ਮਾਇਆ ਥਾਂ ਹੈ ਦੋਵਾਂ ਪਾਸੇ ਹਰਿਆਲੀ ਹਰਿਆਲੀ ਹੈਗੀ ਹੈ ਠੀਕ ਹੈ ਜੇ ਇੱਥੇ ਵਧੀਆ ਰਿਹਾ ਸ਼ੂਟਿੰਗ ਵਗੈਰਾ ਸਹੀ ਰਹੀ ਫਿਰ ਆਪਾਂ ਰਿਸਕ ਲਾਂਗੇ ਇਹਨਾਂ ਵੱਟਾਂ 'ਤੇ ਕਿਉਂਕਿ ਇਹਨਾਂ 'ਤੇ ਆਪਾਂ ਛੇਤੀ ਰਿਸਕ ਨਹੀਂ ਲੈ ਸਕਦੇ ਟਰੈਕਟਰ 'ਚ ਪਲਟ ਗਿਆ
ਤੇ ਕੈਮਰੇ ਨੂੰ ਤਾਂ ਕੋਈ ਦਿੱਕਤ ਨਹੀਂ, ਕੈਮਰਾ ਤਾਂ ਆਪਣਾ ਵਾਟਰਪਰੂਫ ਹੈ, ਵੈਸੇ ਤਾਂ ਟਰੈਕਟਰ ਵੀ ਸਾਰਾ ਵਾਟਰਪਰੂਫ ਹੀ ਹੈ, ਬਸ ਜੇ ਸ਼ੋਅ 'ਚ ਪਾਣੀ ਪੈ ਗਿਆ ਤਾਂ ਫਿਰ ਰਿਸੀਵਰ ਖਰਾਬ ਹੋ ਸਕਦਾ ਟਰੈਕਟਰ ਦਾ, ਇਸ ਚੀਜ਼ ਦਾ ਧਿਆਨ ਰੱਖਣਾ ਪਊ ਥੋੜ੍ਹਾ ਜਿਹਾ, ਬਾਕੀ ਤਾਂ ਸਾਰ ਹੀ ਲਾਂਗੇ, ਕੋਈ ਚੱਕਰ ਨਹੀਂ ਗਾ। ਅਤੇ ਬਾਹਰ ਮੌਸਮ ਤਾਂ ਸਾਫ਼ ਹੋ ਗਿਆ ਵੈਸੇ ਤਾਂ, ਯਾਨੀ ਬੱਦਲ ਹੈ ਨਹੀਂ ਗਾ, ਮੀਂਹ ਵੀ ਰੁਕ ਗਿਆ, ਪਰ ਨਾ ਹਵਾ ਵਗਣ ਦੀ ਹੈ ਕਾਫ਼ੀ। ਅਤੇ ਹੁਣ ਮੈਂ ਕਨਫਿਊਜ਼ ਹਾਂ ਕਿ ਵੀਡੀਓ ਸ਼ੂਟ ਕਰੀਏ ਕਿ ਰਹਿਣ ਦੀਏ। ਲਓ ਵੀ ਸ਼ੂਟ ਕਰਨਾ ਪਲੈਨ ਫਿਰ ਕੈਂਸਲ ਕਰਤਾ ਆਪਾਂ, ਕਿਉਂਕਿ ਪਿੱਛੇ ਬੱਦਲ ਵੇਖੋ, ਅਤੇ ਇੱਧਰ ਵੀ ਬੱਦਲ ਹੀ ਬੱਦਲ ਹੈ, ਬੱਦਲ ਗੱਜਣ ਵੀ ਦਿਆ, ਬਿਜਲੀ ਲਿਸ਼ਕਣ ਦੀ ਹੈ, ਇਸ ਕਰਕੇ ਥੱਲੇ ਜਾ ਕੇ ਸ਼ੂਟ ਕਰਨ ਦਾ ਪਲੈਨ ਆਪਾਂ ਕੈਂਸਲ ਕਰਤਾ। ਕੋਈ ਵੈਸੇ ਵੀ ਗਿੱਲਾ ਥਾਂ ਹੈ, ਪੱਕੇ ਘਰ ਤੋਂ ਲੈਣੇ ਆ। ਹੁਣ ਪਲੈਨ ਇਹ ਆ ਕਿ ਇੱਥੇ ਆਪਾਂ ਸ਼ੂਟ ਕਰਦੇ ਹਾਂ ਇੱਕ ਕੈਮਰੇ ਦੇ ਵਿੱਚ, ਆਪਣੇ ਓਸਮੋ ਦੇ ਵਿੱਚ ਇੱਕ ਨਵਾਂ ਮੋਡ ਹੈ, ਨਵਾਂ ਮਤਲਬ ਵੀ ਮੋਡ ਪੁਰਾਣਾ ਹੀ, ਪਹਿਲਾਂ ਆਪਾਂ ਯੂਜ਼ ਨਹੀਂ ਕੀਤਾ ਉਹਨੂੰ, ਨਾ ਥੋੜ੍ਹਾ ਐਡਿਟ ਕਰਨ 'ਚ ਦਿੱਕਤ ਆਊਗੀ, ਅਤੇ ਉਹ ਆਪਾਂ ਸ਼ੂਟ ਕਰਦੇ ਹਾਂ ਉਹ ਕਲਿੱਪਾਂ, ਠੀਕ ਹੈ, ਉਸ ਮੋਡ ਦੇ ਵਿੱਚ ਦੇਖ ਕੇ ਦੱਸਿਓ ਵੀ ਉਹ ਮੋਡ ਕਿਵੇਂ ਆ, ਠੀਕ ਹੈ। ਮੇਰਾ ਪੂਰਾ ਪਲੈਨ ਸੀਗਾ ਜਾ ਕੇ ਵੀ ਥੱਲੇ ਸ਼ੂਟ ਕਰਦੇ ਹਾਂ, ਪਰ ਬਾਹਰ ਆ ਕੇ ਜਦੋਂ ਮੈਂ ਵੇਖਿਆ ਇੱਧਰੋਂ ਬੱਦਲ ਵੇਖੋ ਫੁੱਲ ਆ ਗਿਆ, ਠੀਕ ਹੈ, ਹਵਾ ਵੀ ਵਗਣ ਲੱਗ ਪਈ ਹੈ, ਅਤੇ ਫਿਰ ਮੈਂ ਕਿਹਾ ਵੀ ਪੰਗਾ ਨਹੀਂ ਲੈਂਦੇ, ਕਿਉਂਕਿ ਬੈਟਰੀਆਂ ਬੂਟਰੀਆਂ ਰਿਮੋਟ ਸਭ ਕੁਝ ਲੈ ਕੇ ਜਾਵਾਂ ਪੈਲੀ 'ਚ ਥੱਲੇ, ਅਤੇ ਮੀਂਹ ਆਉਣ ਲੱਗ ਪਿਆ ਫਿਰ ਭੱਜਾਂਗੇ, ਇਸ ਕਰਕੇ ਇਹ ਆਈਡੀਆ ਆਪਾਂ ਡ੍ਰੌਪ ਕਰਤਾ। ਬਾਕੀ ਇੱਕ ਵਾਰੀ ਮੈਂ ਕੈਮਰਾ ਸੈੱਟ ਕਰਦਾ ਟਰੈਕਟਰ 'ਤੇ, ਠੀਕ ਹੈ, ਆਪਾਂ ਇੱਥੇ ਸ਼ੂਟ ਕਰਦੇ ਹਾਂ, ਵੈਸੇ ਇਹਨੇ ਹਵੇਲੀ ਧੋਤੀ ਸਾਰੀ, ਅਤੇ ਇੱਥੇ ਚਲਾਉਂਦੇ ਟਰੈਕਟਰ ਕੱਲ੍ਹ ਵਾਂਗੂ, ਠੀਕ ਹੈ। ਕੱਲ੍ਹ ਆਪਾਂ ਸਿੰਪਲ ਮੋਡ 'ਚ ਸ਼ੂਟ ਕੀਤਾ ਸੀ, ਅੱਜ ਆਪਾਂ ਇੱਕ ਨਵੇਂ ਮੋਡ 'ਚ ਸ਼ੂਟ ਕਰਦੇ ਹਾਂ, ਠੀਕ ਹੈ। ਡਰਾਈਵਰ ਸਾਹਿਬ ਪਹੁੰਚੋ, ਟਰੈਕਟਰ ਚਲਾਉਣਾ, ਸਾਫ਼ ਸਫਾਈਆਂ ਹੋ ਗਈਆਂ, ਬਸ ਠੀਕ ਹੈ, ਬੈਟਰੀ ਵਿੱਚ ਆ, ਅਤੇ ਰਿਮੋਟ ਇਹਦਾ ਕਿੱਥੇ ਆ, ਰਿਮੋਟ ਕਿੱਥੇ ਰਾਤਾ ਯਾਰ ਇਹਦਾ, ਅਰੇ ਚਲੋ ਵੀ ਕਰੀਏ ਟੈਸਟਿੰਗ, ਲੈ ਫੜ, ਮੈਨੂੰ ਹੀ ਖੜਨਾ ਪੈਣਾ ਬਾਹਰ, ਡਰਾਈਵਰ ਸਾਡਾ ਬਿਜ਼ੀ ਬਹੁਤ ਹੈ ਕਿਤੇ। ਚਲੋ ਸੇਮ ਲੋਕੇਸ਼ਨ ਆ, ਸਾਰਾ ਕੁਝ ਸੇਮ ਹੈ, ਆਪਾਂ ਕਰਤਾ ਕੈਮਰਾ ਔਨ, ਅਤੇ ਟਰੈਕਟਰ ਦੀ ਸਪਲਾਈ ਵੀ ਕਰਤੀ ਔਨ, ਕਰ ਕਨੈਕਟ ਤੋਰ, ਚਲੋ ਵੀ ਮਿਲਦੇ ਹਾਂ ਉਹ ਟਰੈਕਟਰ 'ਤੇ। ਡਰਾਈਵਰ ਸਾਡੇ ਹੌਲੀ ਤੂੰ ਨੰਘਾਲਾ, ਅੱਗ ਲੱਗੀ ਤੈਨੂੰ, ਕੈਮਰੇ ਦੇ ਵੇਟ ਨਾਲ ਹੀ ਹੋ ਜਾਂਦਾ, ਇਸ ਚੀਜ਼ ਨਾਲ ਮੈਂ ਡਰਦਾ ਯਾਰ, ਉਧਰ ਥਾਂ ਵੀ ਉੱਚਾ ਨਾ ਜ਼ਿਆਦਾ, ਲਓ ਵੀ ਇੱਥੇ ਮੈਂ ਥੰਬਨੇਲਾਂ 'ਤੇ ਫੋਟੋ ਵੀ ਖਿੱਚਣ ਦਿਆ ਸੀ, ਪਿੱਛੇ ਬੈਕਗਰਾਊਂਡ ਬਹੁਤ ਸੋਹਣਾ ਆਉਣ ਦਿਆ ਸੀ ਹਵੇਲੀ ਨਾਲ, ਮੈਂ ਕਿਹਾ ਚੱਲ ਥੰਬਨੇਲ ਹੀ ਫੋਟੋ ਖਿੱਚ ਲਈਏ, ਚੱਲ ਇਹਦੀ ਕਰ ਕੰਟੀਨਿਊ ਟੈਸਟਿੰਗ, ਇੱਕ ਚੀਜ਼ ਹੋਰ ਰਹਿ ਗਈ ਰੀਲ, ਰੀਲ ਰੀਲ ਸੱਚ ਰੀਲ ਮੈਂ ਵੀ ਬਣਾਉਣੀ, ਪਰ ਕੈਮਰਾ ਲਾਉਣਾ ਪਊਗਾ ਫਿਰ ਹੀ ਬਣੂਗੀ, ਚੱਲ ਇੱਕ ਵਾਰੀ ਐਵੇਂ ਚਲਾਉਂਦੇ ਹਾਂ, ਰਿਕੋਰਡਿੰਗ ਆਉਣੀ ਕੈਮਰੇ ਦੀ, ਹਾਂ ਆਉਣਾ ਆਉਣਾ ਆਉਣਾ, ਬਾਰਿਸ਼ ਆਉਣੀ ਸਟਾਰਟ ਹੋ ਚੁੱਕੀ ਜੇ, ਕਾਲਾ ਕਾਲਾ ਬੱਦਲ ਛਾ ਚੁੱਕਿਆ,
हजे तो नहीं एक दी कणी डिगी पर बारिश होनी स्टार्ट हो गई गल मान लो मेरी तो वीडियो आप शूट कर ली एक बार ट्रैक्टर आ खड़ा ऑफ रोडिंग कर करके पंगे लैन दिया सीगा चल चक लै चल अंदर इन्हें एक दिक्कत है बस जिधर कैमरा है ना अपन उन्हें अपोजिट साइड थोड़ा वेट पाना पेगा जो ट्रैक्टर घूमता है या इधरली साइड नीवा होंगे ना ट्रैक्टर पलट जाता है इस चीज़ का अपन खास ध्यान रखना पेगा इधरली साइड या कोई निका जहा स्टैंड बना के इधर वेट टंगा आप क्योंकि इतने तो कोई दिक्कत नहीं पर जो उ बिल्कुल पतली जी वट ऑफ रोडिंग की ना उदो इन्ना को भी रिस्क अपन नहीं लैना पलट के झोने जाए सही गल है तो लो भी इतने मैं टैसटिंग कर दिया कि जो आप सेंटर च कैमरा लाने तो किदा का एंगल आता है ठीक है की सैटिंग करनी पेगी तो इदा का मैं स्टैंड जहा बनाया सीगा तो पर दिक्कत उ है कि सिर्फ इन्ना इन्ना पोर्शन कवर हो ठीक है इन्ना यानी फ्रंट वाले दोवें टायर आ जाते हैं तो पर इधरों अद्धा ही आता स्टेयरिंग जो नॉर्मल मोड से आप शूट करते पे हाँ ठीक है यानी कि हम मौके पर समझ नहीं आ रही जे इतने सिस्टम ना हों फिर तो कैमरा होर पिछे लग जाना सी ठीक है फिर तो होर वधिया तरीके लग जाना ही पर हुण सिस्टम है इन्दे च इस करके आ दिक्कत आन दई है असल च तो उदों ही पता लगेगा जो चलूगा ट्रैक्टर ठीक है शूट होगी वीडियो उदों बाद आपां वेखांगे फिर ही पता लगेगा एग्जैक्ट की है हुण मौके पर टाइम 7:30 दा हो गया तो इन्दे ते मैं काम करने अपने इस ट्रैक्टर ते ठीक है आ वेखो इन्दे असीं कुछ पार्ट प्रिंट करने सीगे बस उन्दे ते काम चलण दिया ठीक है जे आ गरारी ते बिल्कुल सही रहा काम फिर ते आपां चैन वाला सिस्टम लाउणा इन्दे च पर जे कामयाब ना हुई फिर इन्दे दूजे गेयर लावांगे आपां मैटल वाले ठीक है तो हजे अगे आने वाले टाइम च काफ़ी टैसटिंग होनी है इन्दी फिर जाके इन्हें कंप्लीट होना जो तो मैनू लगता है आराम नाल महीना डेढ़ लग जूगा ट्रैक्टर के उत्ते तो कल आप ये प्रोजेक्ट नहीं करना इन्दे नाल होर भी ट्रैक्टर के काम आप नाल स्टार्ट कर लाँगे अज का ब्लॉग बस इतों तक ही वेखने लिए बहुत बहुत धन्यवाद जी सर वीर का जेडे भी चैनल से नवे ने सबसक्राइब कर लियो मिलते हैं सवेरे नवे ब्लॉग च तो सवेरे करते आप वीडियो शूट ठीक है 9:11 की बार ऑफ रोडिंग उम्मीद तो यही है जे मीह ना पिया मौसम वधिया रहा तो आप शूट करांगे करनी तो अज भी सी पर मौसम खराब कर गया कम तो बाकी चलो वेखो की बनता सवेरे मिलते हैं सवेरे नवे ब्लॉग च।